everyone, I am Rajni from Western Overseas. He is my student Jasmilan Singh, who got Canada visa today. I would like to congratulate to Jasmilan for his visa. Thank Congratulations, Jasmilan. Please share your views with students and also share your profile. My name is Jasmilan Singh. I am from Western Overseas. I came here for one or two months. ਉਹਨਾਂ ਤੋਂ ਜਾ ਕੇ ਮੈਨੂੰ ਤਸੱਲੀ ਨਹੀਂ ਹੋਈ ਅਤੇ ਮੈਨੂੰ ਮੇਰੇ ਫਰੈਂਡ ਨੇ ਵੈਸਟਰਨ ਓਵਰਸੀਜ਼ ਬਾਰੇ ਦੱਸਿਆ ਫਿਰ ਮੈਂ ਇੱਥੇ ਆਇਆ ਅਤੇ ਰਜਨੀ ਮੈਮ ਨੇ ਮੈਨੂੰ ਬਹੁਤ ਵਧੀਆ ਗਾਈਡ ਕੀਤਾ ਅਤੇ ਮੈਨੂੰ ਏ ਟੂ ਜ਼ੈਡ ਸਾਰਾ ਕੁਛ ਦੱਸਿਆ ਕੈਨੇਡਾ ਦਾ ਪ੍ਰੋਸੈਸ ਵਗੈਰਾ ਅਤੇ ਫਿਰ ਮੈਂ ਆਪਣੀ ਫਾਈਲ ਲਗਾ ਦਿੱਤੀ ਅਤੇ ਹੁਣ ਮੇਰਾ ਵੀਜ਼ਾ ਆ ਗਿਆ ਮੇਰਾ ਵੀਜ਼ਾ 30 ਦਿਨਾਂ ਦੇ ਵਿੱਚ ਆਇਆ ਹੈ ਅਤੇ ਮੈਂ ਸਟੂਡੈਂਟਸ ਨੂੰ ਸੁਜੈਸਟ ਕਰੂੰਗਾ ਕਿ ਜਿਨ੍ਹਾਂ ਨੇ ਵੀ ਬਾਹਰ ਜਾਣਾ ਹੈ ਸਟੱਡੀ ਕਰਨ ਲਈ ਉਹ ਇੱਕ ਵਾਰ ਜ਼ਰੂਰ ਵੈਸਟਰਨ ਓਵਰਸੀਜ਼ ਕੋਲ ਆਉਣ ਅਤੇ ਆਪਣੀ ਪ੍ਰੋਫਾਈਲ ਸ਼ੇਅਰ ਕਰਕੇ ਆਪਣਾ ਵੀਜ਼ਾ ਲਵਾਉਣ। ਥੈਂਕ ਯੂ ਵੈਰੀ ਮੱਚ। ਓਕੇ ਜਸਮਿਲਨ, ਆਪਣੀ ਪ੍ਰੋਫਾਈਲ ਦੱਸੋ ਥੋੜ੍ਹੀ ਜਿਹੀ ਸਟੂਡੈਂਟਸ ਨੂੰ। ਮੈਂ 10th ਤੋਂ ਬਾਅਦ ਮਕੈਨੀਕਲ ਇੰਜੀਨੀਅਰਿੰਗ ਦਾ ਡਿਪਲੋਮਾ ਕੀਤਾ ਸੀ ਅਤੇ ਆਈਲੈਟਸ ਤੋਂ ਮੇਰੇ 6 ਬੈਂਡ ਸੀਗੇ ਅਤੇ ਹੁਣ ਮੈਂ ਸੈਂਟ ਕਲੇਅਰ ਕੋਲਜ ਲਈ ਅਪਲਾਈ ਕੀਤਾ। ਮਕੈਨੀਕਲ ਇੰਜੀਨੀਅਰਿੰਗ ਇੰਡਸਟਰੀਅਲ ਕੋਰਸ ਹੈ ਮੇਰਾ ਅਤੇ ਇਹ 2 ਸਾਲ ਦਾ ਕੋਰਸ ਹੈ। ਓਕੇ, ਔਰ ਤੁਹਾਨੂੰ ਕਈ ਏਜੰਟ ਕਈ ਸਟੂਡੈਂਟਸ ਨੇ ਇਹ ਵੀ ਕਿਹਾ ਕਿ ਤੁਹਾਡਾ ਵੀਜ਼ਾ ਨਹੀਂ ਆਏਗਾ ਨਾ, ਕਈਆਂ ਨੇ ਵੀ ਕਿਹਾ ਕਿ ਤੁਹਾਡਾ ਵੀਜ਼ਾ ਨਹੀਂ ਆਏਗਾ। ਤੋਂ ਬਾਅਦ ਡਿਪਲੋਮਾ ਜਦੋਂ ਮੈਂ ਕੀਤਾ ਸੀ ਕਈ ਏਜੰਟਸ ਨੇ ਮੈਨੂੰ ਕਿਹਾ ਕਿ ਡਿਪਲੋਮੇ ਦਾ ਵੀਜ਼ਾ ਨਹੀਂ ਆਉਂਦਾ, ਪਰ ਜਦੋਂ ਮੈਂ ਇੱਥੇ ਆਇਆ ਉਹਨਾਂ ਨੇ ਮੈਨੂੰ ਕਿਹਾ ਕਿ ਡਿਪਲੋਮੇ ਦਾ ਵੀਜ਼ਾ ਆਉਂਦਾ ਅਤੇ ਮੈਂ ਇੱਥੋਂ ਅਪਲਾਈ ਕੀਤਾ। ਮੇਰਾ ਐਕਸਪੀਰੀਅੰਸ ਬਹੁਤ ਵਧੀਆ ਰਿਹਾ, ਸਾਰਾ ਸਟਾਫ ਬਹੁਤ ਹੈਲਪਫੁਲ ਹੈ, ਮੈਨੂੰ ਗਾਈਡ ਕੀਤਾ। ਥੈਂਕ ਯੂ। ਮੈਂ ਸਟੂਡੈਂਟਸ ਨੂੰ ਇਹੀ ਕਹਿਣਾ ਚਾਹੂੰਗੀ, ਅਗਰ ਤੁਹਾਡੀ ਪ੍ਰੋਫਾਈਲ ਦੇ ਵਿੱਚ ਕੋਈ ਵੀ ਪ੍ਰੋਬਲਮ ਹੈ ਜਾਂ ਤੁਹਾਨੂੰ ਲੱਗ ਰਿਹਾ ਕਿ ਤੁਹਾਡਾ ਵੀਜ਼ਾ ਨਹੀਂ ਆ ਸਕਦਾ, ਜਾਂ ਇੱਕ ਵਾਰੀ ਵੈਸਟਰਨ ਓਵਰਸੀਜ਼ ਜ਼ਰੂਰ ਆ ਕੇ ਮਿਲੋ। ਅਗਰ ਤੁਹਾਡੀ ਪ੍ਰੋਫਾਈਲ ਵਿੱਚ ਕੋਈ ਕਮੀ ਹੈ ਜਾਂ ਕੁਛ ਵੀ ਹੈ, ਇੱਕ ਵਾਰੀ ਅਸੀਂ ਸਾਨੂੰ ਅਸੈਸ ਕਰਾਓ। ਅਸੈਸਮੈਂਟ ਕਰਨ ਤੋਂ ਬਾਅਦ ਅਸੀਂ ਤੁਹਾਨੂੰ ਦੱਸਾਂਗੇ ਕਿ ਤੁਹਾਡੀ ਕਿਹੜੀ ਕੰਟਰੀ ਦੀ ਇਲੀਜੀਬਿਲਟੀ ਬਣਦੀ ਹੈ, ਉਸ ਅਕੋਰਡਿੰਗ ਤੁਹਾਨੂੰ ਅਸੀਂ ਗਾਈਡ ਕਰਾਂਗੇ, ਜੈਨੂਇਨ ਗਾਈਡੈਂਸ ਹੋਏਗੀ। ਸੋ ਇੱਕ ਵਾਰੀ ਵੈਸਟਰਨ ਓਵਰਸੀਜ਼ ਜ਼ਰੂਰ ਆ ਕੇ ਮਿਲੋ। ਥੈਂਕ ਯੂ।